ਅਸਲਾਮ ਵਾਲੇਕੁਮ ਦੋਸਤੋ, ਆਬਦ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਵੀ ਹਾਂ। ਤੈਨੂੰ ਗੱਲਾਂ ਮੰਡੀ ਦੋਸਤੋ ਮੌਜੂਦ ਹਾਂ ਜੀ। ਅਤੇ ਅੱਜ ਤੁਹਾਡੇ ਨਾਲ ਗੰਦਮ ਦੀ ਜਿਹੜੀ ਤਾਜ਼ਾ ਤਰੀਨ ਅਪਡੇਟ ਆ, ਅੱਜ ਦਾ ਜਿਹੜਾ ਰੇਟ ਆ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ। ਗੰਦਮ ਦੀ ਕੀਮਤ ਦੇ ਅੰਦਰ ਦੋਸਤੋ ਰੋਜ਼ਾਨਾ ਜਿਹੜਾ ਵਾ ਉਹ 20 ਤੋਂ 30 ਰੁਪਏ ਇਜ਼ਾਫਾ ਹੋ ਰਿਹਾ। ਅਤੇ ਜਿਹੜੇ ਆ ਗੱਲਾਂ ਮੰਡੀ ਦੇ ਅੰਦਰ ਜਿਹੜੇ ਆੜ੍ਹਤੀ ਹਜ਼ਰਾਤ ਆ ਉਹਨਾਂ ਦੇ ਮੁਤਾਬਕ ਗੰਦਮ ਦੀ ਜਿਹੜੀ ਕੀਮਤ ਆ ਉਹ ਆਪਣੇ ਓਰਿਜਨਲ ਜਿਹੜਾ ਗੌਰਮੈਂਟ ਰੇਟ ਆ ਉਹਦੇ ਤੱਕ ਆ ਜਾਏਗੀ। ਲੇਕਿਨ ਉਸ ਦੇ ਅੰਦਰ ਥੋੜ੍ਹਾ ਜਿਹਾ ਸਾਡੇ ਜਿਹੜੇ ਜ਼ਿੰਮੀਦਾਰ ਉਹਨਾਂ ਨੂੰ ਸਬਰ ਕਰਨਾ ਪੈਣਾ। ਅੰਦਾਜ਼ਨ ਜਿਹੜਾ ਵਾ ਉਹਦਾ ਰੇਟ ਤਕਰੀਬਨ 9ਵੇਂ 8ਵੇਂ 9ਵੇਂ ਮਹੀਨੇ, ਯਾਨੀ ਕਿ 1.5 ਤੋਂ 2 ਮਹੀਨਿਆਂ ਦੇ ਚਿੰਦਾ ਇਜ਼ਾਫਾ ਰੇਟ ਜਿਹੜਾ ਵਾ ਨਾ ਜੀ ਗੌਰਮੈਂਟ ਰੇਟ 'ਤੇ ਆ ਜਾਏਗਾ ਇਹਨਾਂ ਦੇ ਜਿਹੜੇ ਆੜ੍ਹਤੀ ਹਜ਼ਰਾਤ ਦੇ ਮੁਤਾਬਕ। ਅਤੇ ਅੱਜ ਦੀ ਅਗਰ ਕੀਮਤ ਦੀ ਗੱਲ ਕੀਤੀ ਜਾਵੇ, ਜੁਮਰਾਨ ਨੂੰ 2610 ਰੁਪਏ ਸੀਗਾ, 2650 ਰੁਪਏ ਸੀ ਸੋਰੀ, ਅਤੇ ਅੱਜ ਜਿਹੜੀ ਆ 2660 ਤੋਂ 70 ਰੁਪਏ ਆ। ਅਤੇ ਇਹ ਰੋਜ਼ਾਨਾ ਜਿਹੜਾ ਵਾ 10 ਤੋਂ 20 ਰੁਪਏ ਇਜ਼ਾਫਾ ਹੋ ਰਿਹਾ। ਅਤੇ ਇਨਸ਼ਾਅੱਲਾ ਜੀ ਜਲਦੀ ਜਿਹੜਾ ਵਾ ਗੌਰਮੈਂਟ ਰੇਟ ਦੇ ਉੱਪਰ ਆ ਜਾਏਗੀ। ਬਾਕੀ ਤੁਸੀਂ ਆਪਣੇ ਇਲਾਕੇ ਦਾ ਜਿਹੜਾ ਰੇਟ ਆ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ, ਆਪਣੇ ਇਲਾਕੇ ਦਾ ਨਾਮ ਜ਼ਰੂਰ ਸ਼ੇਅਰ ਕਰਨਾ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅੱਲਾ ਹਾਫਿਜ਼।